변함 ਮੇਰੀ ਗੱਲ ਸੁਣੋ। ਮੈਂ ਉਸ ਕੁੜੀ ਨੂੰ ਛੱਡਾਂਗੀ ਨਹੀਂ। ਉਸ 2% ਦੀ ਪਿੰਡੂ ਕੁੜੀ ਨੇ ਮੇਰੇ ਇੰਨੇ ਵੱਡੇ ਬਣਾਏ ਪਲਾਨ ਤੇ ਪਾਣੀ ਫੇਰ ਦਿੱਤਾ। ਪਾਣੀ ਨਹੀਂ, ਕਾੜਾ ਫੇਰਤਾ ਦਿਵਿਆਨਾ ਮਾਂ। ਉਹ ਕੁੜੀ 2 ਮੂਹੇ ਕੀੜੇ ਵਾਂਗ ਇਸ ਘਰ 'ਚ ਜੰਮ ਕੇ ਬੈਠ ਗਈ ਹੈ। ਜਿੱਦਾਂ ਉਸ ਕੀੜੇ ਦੀ ਇੱਕ ਪਾਸੋਂ ਸੀਰੀ ਵੱਢੋ ਤਾਂ ਦੂਜੇ ਪਾਸੇ ਤੁਰਨਾ ਸ਼ੁਰੂ ਕਰ ਦਿੰਦਾ ਹੈ, ਉਦਾਂ ਹੀ ਇਹ ਕੁੜੀ ਸਾਡੀ ਹਰ ਚਾਲ ਨੂੰ ਮਾਤ ਦਿੰਦਿਆਂ ਹੋਇਆ ਦੂਜੇ ਪਾਸਿਓਂ ਅੱਗੇ ਨਿਕਲਣ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਕੋਈ ਗੱਲ ਨਹੀਂ, ਮੈਂ ਵੀ ਇਸ ਕੁੜੀ ਦੀ ਹੁਣ ਦੋਵੇਂ ਪਾਸਿਓਂ ਸੀਰੀ ਵੱਢਾਂਗੀ ਤੇ ਇਸ ਕੁੜੀ ਨੂੰ ਐਸਾ ਸਬਕ ਸਿਖਾਵਾਂਗੀ ਕਿ ਜ਼ਿੰਦਗੀ ਭਰ ਯਾਦ ਰੱਖੇਗੀ। ਸਾਰੇ ਲੋਕਾਂ ਦੇ ਦੁੱਖ ਤਕਲੀਫਾਂ ਨੂੰ ਉਸ ਕੁੜੀ ਨੇ ਆਪਣੇ ਇਲਾਜ ਨਾਲ ਦੂਰ ਜੋ ਕਰ ਦਿੱਤਾ। ਤੁਹਾਨੂੰ ਪਤਾ, ਉਹਦੇ ਦਿੱਤੇ ਹੋਏ ਜੜੀ ਬੂਟੀਆਂ ਦੇ ਤੇਲ ਨਾਲ ਮੇਰੇ ਪੈਰਾਂ ਦਾ ਦਰਦ ਵੀ ਬਿਲਕੁਲ ਠੀਕ ਹੋ ਗਿਆ। ਹਾਂਜੀ, ਮੇਰੀ ਸ਼ਿਵਿਕਾ ਦੇ ਹੱਥਾਂ 'ਚ ਸ਼ਫਾ ਬਹੁਤ ਹੈ। ਉਹ ਤੁਹਾਨੂੰ ਵੀ ਬਹੁਤ ਯਾਦ ਕਰਦੀ ਹੈ ਜੀ। ਆਂਟੀ, ਸ਼ਿਵਿਕਾ ਫੇਰਾਪਨ ਕਦ ਆਏਗੀ? ਉਹਨੂੰ ਮਿਲਣ ਦਾ ਬੜਾ ਹੀ ਦਿਲ ਕਰ ਰਿਹਾ। ਹਾਂ, ਮੈਂ ਉਹਨੂੰ ਜਾ ਕੇ ਫੋਨ ਕਰਦੀ ਹਾਂ, ਪੁੱਛਦੀ ਹਾਂ ਉਹਨੂੰ ਕਦੋਂ ਫੇਰਾਪਨ ਆ ਰਹੀ ਹੈ। ਜਦੋਂ ਆਊਗੀ ਨਾ ਤੇ ਮੈਂ ਤੈਨੂੰ ਜ਼ਰੂਰ ਸੱਦੂੰਗੀ। ਹਾਂਜੀ, ਮੈਂ ਉਹਨੂੰ ਮਿਲਣ ਜ਼ਰੂਰ ਆਵਾਂਗੀ। ਹਾਂ ਹਾਂ, ਜ਼ਰੂਰ ਆਈ ਪੁੱਤ। ਚੱਲ ਹੁਣ ਪੁੱਤ, ਮੈਨੂੰ ਦੇਰ ਹੋ ਰਹੀ ਹੈ, ਮੈਂ ਤਿਆਰੀਆਂ ਵੀ ਬਹੁਤ ਕਰਨੀਆਂ ਨੇ। ਚੰਗਾ, ਆਏਗੀ ਤੇ ਮੈਂ ਜ਼ਰੂਰ ਬੁਲਾਉਂਗੀ। ਠੀਕ ਹੈ ਬਾਬੂ ਜੀ, ਚੱਲ ਪੁੱਤਰ। ਕਿੰਨੇ ਦਿਨਾਂ ਤੋਂ ਉਸ ਡਾਕਟਰ ਤੇ ਸ਼ਿਵਿਕਾ ਦੇ ਇਸ ਪਿੰਡ ਵਿੱਚ ਵਾਪਿਸ ਆਉਣ ਦਾ ਇੰਤਜ਼ਾਰ ਕਰ ਰਿਹਾ ਹਾਂ। ਆਖਿਰ ਮੇਰੇ ਅੰਦਰ ਜਿਹੜੀ ਬਦਲੇ ਦੀ ਅੱਗ ਬਲ ਰਹੀ ਹੈ ਉਹ ਹੁਣ ਜਾ ਕੇ ਬੁਝੇਗੀ। ਇਹਨਾਂ ਦੋਹਾਂ ਨੇ ਮੇਰੀ ਜ਼ਿੰਦਗੀ ਤਬਾਹ ਕਰ ਦਿੱਤੀ। ਇੱਕ ਵਾਰ ਪਿੰਡ ਵੜਨ ਤਾਂ ਸਹੀ, ਛੱਡਾਂਗਾ ਨਹੀਂ ਇਸ ਵਾਰ ਉਹਨਾਂ ਦੋਹਾਂ ਨੂੰ। ਬਸ ਬਸ ਸ਼ਿਵਿਕਾ, ਡੋਂਟ ਗਿਵ ਅਰ ਆਇਲੀ ਫੂਡ। ਉਹ ਅਜੇ ਪ੍ਰੋਪਰ ਠੀਕ ਨਹੀਂ ਹੋਈ ਹੈ। ਕੁਝ ਨਹੀਂ ਹੁੰਦਾ ਇਸ਼ਾਨ, ਦੇ ਪੁੱਤਰ 2 ਪੂਰੀਆਂ ਦੇ ਨੂੰ। ਦੱਦੂ ਪਾਇਓ, ਠਹਿਰ ਦੋ, ਛੋਲੇ ਵੀ ਦੇ ਪੁੱਤਰ। ਉਹ ਛੋਲੇ ਤਾਕਤਵਰ ਹੁੰਦੇ ਨੇ, ਪਰ ਡਾਕਟਰਾਂ ਦਾ ਕੰਮ ਤਾਂ ਹੁੰਦਾ ਹੀ ਹੈ ਟੋਕਾ ਟਾਕੀ ਕਰਨਾ। ਉਹ ਵਿਚਾਰੀ ਕੋੜੀਆਂ ਦਵਾਈਆਂ ਖਾ ਖਾ ਕੇ ਉਹਦਾ ਵਿਚਾਰੀ ਦਾ ਮੂੰਹ ਦਾ ਸਵਾਦ ਹੀ ਖਰਾਬ ਹੋਇਆ ਪਿਆ। ਨਾਲੇ ਪੁੱਤਰ, ਤੂੰ ਘਰ 'ਚ ਬੈਠੀ ਹੈ,
ਇਹ ਤੇ ਹਸਪਤਾਲ ਨਹੀਂ ਬੈਠੀ ਕਾ ਤੂੰ ਪੈਰੀਪੁਰ ਆਂਟੀ ਜੀ ਜਿਉਂਦਾ ਰਹਿ ਪੁੱਤਰ ਖੁਸ਼ ਰਹਿ ਅੱਛਾ ਬੱਚੇ ਮੈਨੂੰ ਨਾ ਤੁਸੀਂ ਆਂਟੀ ਨਾ ਕਿਹਾ ਕਰੋ ਮੰਮੀ ਜੀ ਕਿਹਾ ਕਰੋ ਤੁਸੀਂ ਮੇਰੇ ਜਵਾਈ ਨਹੀਂ ਹੋ ਤੁਸੀਂ ਮੇਰੇ ਪੁੱਤਰ ਹੋ ਜੀ ਮੰਮੀ ਜੀ ਹਾਂ ਇਹ ਹੋਈ ਨਾ ਗੱਲ ਅੱਛਾ ਬੱਚੇ ਮੈਂ ਇਸ ਲਈ ਫੋਨ ਕੀਤਾ ਸੀ ਕਿ ਤੁਹਾਡੇ ਵਿਆਹ ਨੂੰ ਬੜੇ ਦਿਨ ਹੋ ਗਏ ਨੇ ਤੇ ਤੁਸੀਂ ਪੱਗ ਫੇਰੇ ਦੀ ਰਸਮ ਲਈ ਘਰ ਆਏ ਨੀ ਨਾਲੇ ਸ਼ਿਵਿਕਾ ਨੂੰ ਦੇਖੇ ਹੋਏ ਵੀ ਸਾਨੂੰ ਕਾਫੀ ਦਿਨ ਹੋ ਗਏ ਆ ਮਨ ਉਦਾਸ ਜਿਹਾ ਹੈ ਤੁਸੀਂ ਦੱਸੋ ਫਿਰ ਅੱਜ ਆ ਰਹੇ ਹੋ ਨਾ ਪੱਗ ਫੇਰੇ ਲਈ ਅੱਛਾ ਜੇ ਤੁਸੀਂ ਕਹੋ ਤਾਂ ਮੈਂ ਤੁਹਾਡੇ ਘਰ ਦੇ ਵੱਡਿਆਂ ਨਾਲ ਗੱਲ ਕਰਕੇ ਇਜਾਜ਼ਤ ਲੈ ਲੈਂਦੀ ਹਾਂ ਨਹੀਂ ਨਹੀਂ ਮੰਮੀ ਜੀ ਇਹ ਤੁਸੀਂ ਕਿੱਦਾਂ ਦੀ ਗੱਲਾਂ ਕਰ ਰਹੇ ਹੋ ਤੁਹਾਨੂੰ ਆਪਣੀ ਧੀ ਨੂੰ ਮਿਲਣ ਲਈ ਕਿਸੇ ਦੀ ਪਰਮਿਸ਼ਨ ਲੈਣ ਦੀ ਕੋਈ ਲੋੜ ਨਹੀਂ ਹੈ ਮੈਂ ਤੇ ਸ਼ਿਵਿਕਾ ਰਸਮ ਪੂਰੀ ਕਰਨ ਲਈ ਅੱਜ ਹੀ ਆਵਾਂਗੇ ਠੀਕ ਹੈ ਬੱਚੇ ਆ ਜਾਓ ਤੁਸੀਂ ਅਸੀਂ ਸਾਰੇ ਤੁਹਾਡੀ ਵੇਟ ਕਰ ਰਹੇ ਹਾਂ ਜੀ ਮੰਮੀ ਜੀ ਇਸ਼ਾਨ ਪੁੱਤਰ ਰੋਡ ਤੋਂ ਫੋਨ ਆਇਆ ਸੀ ਜੀ ਡੈਡ ਸ਼ਿਵਿਕਾ ਦੀ ਮੋਮ ਦਾ ਫੋਨ ਸੀ ਉਹ ਸਾਨੂੰ ਦੋਵਾਂ ਨੂੰ ਫੇਰਾ ਪਾਉਣ ਦੀ ਰਸਮ ਲਈ ਇਨਵਾਈਟ ਕਰ ਰਹੇ ਸੀ ਇਹ ਤਾਂ ਬਹੁਤ ਚੰਗੀ ਗੱਲ ਸੁਣਾਈ ਹੈ ਤੂੰ ਪੁੱਤਰ ਹਾਂਜੀ ਦਾਦੀ ਮੈਨੂੰ ਕੱਲ ਵੀ ਮੰਮੀ ਦਾ ਫੋਨ ਆਇਆ ਸੀ ਪਰ ਕੀ ਸ਼ਿਵਿਕਾ ਉਹ ਕਾਵਿਆ ਦੀ ਤਬੀਅਤ ਠੀਕ ਨਹੀਂ ਸੀ ਉੱਤੋਂ ਦਾ ਇਲਾਜ ਚੱਲ ਰਿਹਾ ਸੀ ਸੋ ਮੈਂ ਸੋਚਿਆ ਕਿ ਇੱਕ ਵਾਰ ਕਾਵਿਆ ਚੰਗੀ ਤਰ੍ਹਾਂ ਠੀਕ ਹੋ ਜਾਏ ਉਸ ਤੋਂ ਬਾਅਦ ਹੀ ਅਸੀਂ ਜਾਵਾਂਗੇ ਉਹ ਤਾਂ ਹੈ ਨਾ ਤੂੰ ਕਾਵਿਆ ਨੂੰ ਕਾੜਾ ਦਿੰਦੀ ਨਾ ਇਹ ਸਭ ਹੁੰਦਾ ਉਹ ਗੱਲ ਵੱਖਰੀ ਹੈ ਕਿ ਕਾਵਿਆ ਠੀਕ ਵੀ ਤੇਰੇ ਪਲਾਏ ਕਾੜੇ ਕਰਕੇ ਹੋਈ ਹੈ ਸੋ ਅਸੀਂ ਡਿਨਾਈ ਨਹੀਂ ਕਰ ਸਕਦੇ ਕਿ ਸ਼ਿਵਿਕਾ ਨੂੰ ਨੌਲੇਜ ਤਾਂ ਹੈ ਸ਼ਿਵਿਕਾ ਪੁੱਤਰ ਕਾਵਿਆ ਦੀ ਹਾਲਤ ਹੁਣ ਪਹਿਲਾਂ ਤੋਂ ਬਿਹਤਰ ਹੈ ਡੈਡ ਮੇਰੀ ਪੂਰੀ ਗੱਲ ਤਾਂ ਸੁਣੋ ਮੇਰੇ ਕੋਲ ਇੱਕ ਸੋਲੂਸ਼ਨ ਹੈ ਹਾਂ ਹਾਂ ਦੱਸ ਪੁੱਤਰ ਮੈਂ ਸੋਚ ਰਿਹਾ ਸੀ ਕਿਉਂ ਨਾ ਅਸੀਂ ਕਾਵਿਆ ਨੂੰ ਆਪਣੇ ਨਾਲ ਹੀ ਲੈ ਜਾਈਏ ਪਰੇਸ਼ਾਨ ਪੁੱਤਰ ਕਾਵਿਆ ਦੀ ਤਬੀਅਤ ਤੇ ਮਸਾਂ ਹੀ ਠੀਕ ਹੋਈ ਹੈ ਨਾ ਹਾਂ ਮੈਂ ਜਾਣਦਾ ਐਕਚੁਅਲੀ ਮੈਂ ਕੁਝ ਸੋਚਿਆ ਦੇਖੋ ਡਾਕਟਰ ਬੱਤਰਾ ਤਾਂ ਹੁਣ 3 ਮਹੀਨੇ ਬਾਅਦ ਹੀ ਮਿਲਣਗੇ ਸੋ ਕਾਵਿਆ ਦਾ ਫਰਦਰ ਟ੍ਰੀਟਮੈਂਟ ਹੁਣ 3 ਮਹੀਨੇ ਬਾਅਦ ਹੀ ਹੋਏਗਾ ਸੋ ਉਦੋਂ ਤੱਕ ਮੈਂ ਸ਼ਿਵਿਕਾ ਨੂੰ ਇੱਕ ਚਾਂਸ ਦੇਣਾ ਚਾਹੁੰਦਾ ਚਾਂਸ
ਮੈਂ ਕੁਝ ਸਮਝੀ ਨਹੀਂ। ਸ਼ਿਵਿਕਾ ਨੂੰ ਚਾਹ। ਮੈਂ ਜਾਣਦਾ ਤੁਸੀਂ ਕੀ ਸੋਚ ਰਹੇ ਹੋ। ਮੈਂ ਇੰਨੇ ਸਾਲਾਂ ਤੋਂ ਪੜ੍ਹ ਕੇ ਕਾਵਿਆ ਦਾ ਟ੍ਰੀਟਮੈਂਟ ਕਰਨ ਦੀ ਕੋਸ਼ਿਸ਼ ਕਰ ਰਿਹਾ, ਪਰ ਕੀ ਰਿਜ਼ਲਟ ਮਿਲਿਆ? ਨਥਿੰਗ। ਸੋ ਮੈਂ ਸ਼ਿਵਿਕਾ ਨੂੰ ਇੱਕ ਚਾਂਸ ਦੇਣਾ ਚਾਹੁੰਦਾ। ਸ਼ਿਵਿਕਾ ਕਾਵਿਆ ਦੇ ਇਲਾਜ ਦੇ ਨਾਲ ਨਾਲ ਆਯੁਰਵੈਦਿਕ ਮੈਡੀਸਨ ਦੀ ਸਟੱਡੀ ਵੀ ਕਰੇਗੀ ਅਤੇ ਪ੍ਰੋਪਰ ਡਿਗਰੀ ਵੀ ਹਾਸਿਲ ਕਰੇਗੀ। ਇਸ਼ਾਨ, ਤੂੰ ਇਹਦੇ ਹੱਥੋਂ ਕਾਵਿਆ ਦਾ ਇਲਾਜ ਕਰਵਾ ਕੇ ਸਿਆਪਾ ਪਾਉਣਾ? ਇਹ ਨਾ ਭੁੱਲ ਕਿ ਅਜੇ ਦਿੱਲੀ ਦੂਰ ਹੈ, ਨਾਲੇ ਇਹ ਤੇ ਅਜੇ ਆਪ ਸਿੱਖਦੀ ਪਈ ਹੈ, ਤੇ ਇਹਦੇ ਐਕਸਪੈਰੀਮੈਂਟ ਵਾਸਤੇ ਤੂੰ ਆਪਣੀ ਭੈਣ ਨੂੰ ਬਲੀ ਦਾ ਬੱਕਰਾ ਬਣਾਏਗਾ? ਨਹੀਂ, ਇਸ ਲਈ ਮੈਂ ਕਾਵਿਆ ਦਾ ਇਲਾਜ ਸ਼ਿਵਿਕਾ ਦੇ ਦਾਦਾ ਜੀ ਤੋਂ ਕਰਵਾਉਣਾ ਚਾਹੁੰਦਾ। ਸ਼ਿਵਿਕਾ ਨੇ ਜੋ ਕੁਛ ਵੀ ਸਿੱਖਿਆ ਆਪਣੇ ਦਾਦਾ ਜੀ ਕੋਲ ਸਿੱਖਿਆ। ਸ਼ਿਵਿਕਾ ਦੇ ਦਾਦਾ ਜੀ ਪੰਜਾਬ ਦੇ ਮੰਨੇ ਹੋਏ ਵੈਦ ਨੇ, ਇਸ ਲਈ ਮੈਂ ਕਾਵਿਆ ਨੂੰ ਸਨੌਰ ਲੈ ਜਾ ਕੇ ਉਹਨਾਂ ਤੋਂ ਉਹਦੀ ਕੰਡੀਸ਼ਨ ਬਾਰੇ ਸਲਾਹ ਕਰਨਾ ਚਾਹੁੰਦਾ। ਮੈਂ ਸੱਚੀ ਦੱਸਾਂ, ਸਾਨੂੰ ਤਾਂ ਇਸ ਗੱਲ ਦੀ ਹੈਰਾਨੀ ਹੋ ਰਹੀ ਹੈ ਕਿ ਤੂੰ ਐਲੋਪੈਥੀ ਦਾ ਡਾਕਟਰ ਹੁੰਦੇ ਹੋਏ ਵੀ ਆਯੁਰਵੇਦ 'ਚ ਭਰੋਸਾ ਜਤਾ ਰਿਹਾ। ਪਰ ਮੈਨੂੰ ਇਹ ਸੁਣ ਕੇ ਨਾ ਖੁਸ਼ੀ ਵੀ ਬਹੁਤ ਹੋ ਰਹੀ ਹੈ। ਦਾਦਾ ਜੀ, ਮੈਂ ਮੰਨਦਾ ਕਿ ਮੈਂ ਐਲੋਪੈਥੀ ਮੈਡੀਸਨ 'ਚ ਸਟੱਡੀ ਕੀਤੀ ਹੈ, ਅਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਮੈਂ ਅਲਟਰਨੇਟਿਵ ਮੈਡੀਸਨ 'ਚ ਬਿਲੀਵ ਨਹੀਂ ਕਰਦਾ। ਅਤੇ ਇੱਕ ਵਾਰ ਟਰਾਈ ਕਰਨ 'ਚ ਹਰਜ਼ ਕੀ ਹੈ? ਹਾਂ ਹਾਂ ਇਸ਼ਾਨ ਪੁੱਤਰ, ਮੈਨੂੰ ਤੇਰੇ ਉੱਤੇ ਪੂਰਾ ਭਰੋਸਾ, ਤੇ ਮੈਨੂੰ ਪਤਾ ਹੈ ਕਿ ਤੂੰ ਜੋ ਕੁਛ ਵੀ ਫੈਸਲਾ ਲਿੱਤਾ ਹੈ ਨਾ, ਉਹ ਸੋਚ ਸਮਝ ਕੇ ਲਿੱਤਾ ਹੋਵੇਗਾ। ਪਰ ਫਿਲਹਾਲ ਕਾਵਿਆ ਦੀ ਤਬੀਅਤ ਠੀਕ ਨਹੀਂ ਹੈ, ਕਿ ਇਸ ਹਾਲਤ ਦੇ ਵਿੱਚ ਉਹਦਾ ਜਾਣਾ ਜ਼ਰੂਰੀ ਹੈ? ਅਨੂ, ਉਸ ਨੌਰ ਤੇ ਪਟਿਆਲਾ ਦੇ ਵਿਚਕਾਰ ਦੂਰੀ ਕਿੰਨੀ ਕੁ ਹੈ? ਜੇ ਕੋਈ ਏਦਾਂ ਦੀ ਗੱਲ ਹੋਏਗੀ ਤਾਂ ਵਾਪਸ ਬੁਲਾ ਲਾਂਗੇ। ਕਿਉਂ? ਕਮਾਲ ਹੈ ਇਸ਼ਾਨ, ਪਹਿਲਾਂ ਤਾਂ ਤੂੰ ਮਾਡਰਨ ਮੈਡੀਸਨ ਵੀ ਸਭ ਕੁਛ ਮੰਨਦਾ ਸੀ, ਹੁਣ ਜਦੋਂ ਦੀ ਤੇਰੀ ਵਹੁਟੀ ਘਰ ਆਈ ਹੈ ਤੇਰੇ ਤਾਂ ਅਲਫਾਜ਼ ਹੀ ਬਦਲ ਗਏ ਨੇ। ਨਹੀਂ ਚਾਚੀ, ਤੁਸੀਂ ਇੱਥੇ ਗੱਲ ਤੋਂ, ਮੈਨੂੰ ਅੱਜ ਵੀ ਆਪਣੀ ਮੈਡੀਕਲ ਸਾਇੰਸ 'ਤੇ ਪੂਰਾ ਭਰੋਸਾ ਹੈ, ਅਤੇ ਸਾਡੀ ਮੈਡੀਕਲ ਫੀਲਡ ਦੇ ਵਿੱਚ ਵੀ ਆਯੁਰਵੈਦਿਕ ਡਾਕਟਰ ਲਈ ਸੈਪਰੇਟ ਡਿਗਰੀ ਹੁੰਦੀ ਹੈ। ਅਤੇ ਜੇ ਸ਼ਿਵਿਕਾ ਦੇ ਦਾਦਾ ਜੀ ਦਾ ਇਲਾਜ ਮੈਡੀਕਲ ਪੁਆਇੰਟ ਆਫ ਵਿਊ ਦੇ ਨਾਲ ਰਾਈਟ ਹੋਏਗਾ, ਤੇ ਮੈਨੂੰ ਉਹਨਾਂ ਨੂੰ ਚਾਂਸ ਦੇਣ 'ਚ ਹਰਜੀ ਕੀ ਹੈ? ਤੇ ਇੱਕ ਰੀਜ਼ਨ ਇਹ ਵੀ ਹੈ ਕਿ ਉਹਨਾਂ ਦੇ ਕੋਲ ਐਕਸਪਰਟੀਜ਼ ਨੇ। ਤੇ ਦੂਜਾ, ਆਯੁਰਵੈਦਿਕ ਮੈਡੀਸਨ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ। ਜੇ ਉਹਨਾਂ ਦੀ ਮੈਡੀਸਨ ਦੇ ਨਾਲ ਕਾਵਿਆ 'ਚ ਕੋਈ ਇੰਪਰੂਵਮੈਂਟ ਹੋਈ ਤਾਂ ਹੀ ਮੈਂ ਸ਼ਿਵਿਕਾ ਦਾ ਟ੍ਰੀਟਮੈਂਟ ਕੰਟੀਨਿਊ ਕਰਾਂਗਾ। ਮੰਮੀ, ਇੱਦਾਂ ਦੇ ਕਈ ਹਰਬਸ ਨੇ ਜੋ ਐਲੋਪੈਥੀ ਮੈਡੀਸਨ ਵਿੱਚ ਵੀ ਯੂਜ਼ ਹੁੰਦੇ ਨੇ।
ਇਤਨਾ ਮੈਂ ਵੀ ਸੁਣਿਆ। ਠੀਕ ਹੈ ਪੁੱਤਰ, ਤੂੰ ਕਾਵਿਆ ਨੂੰ ਆਪਣੇ ਨਾਲ ਲੈ ਜਾ ਸਕਦਾ। ਬਸ ਤੁਸੀਂ ਨਾ ਸ਼ਿਵਿਕਾ ਦੇ ਪਾਪਾ ਨੂੰ ਸੰਭਾਲ ਲੈਣਾ। ਇਹ ਪਹਿਲਾਂ ਵਾਲੀ ਗੱਲ ਤਾਂ ਹੈ ਨੀ ਆ, ਹੁਣ ਸ਼ਿਵਿਕਾ ਵਿਆਹ ਹੀ ਗਈ। ਕਿਤੇ ਇਹ ਨਾ ਹੋਵੇ ਕਿ ਜਵਾਈ ਭਾਈ ਦੇ ਸਾਹਮਣੇ ਫਿਰ ਪਹਿਲਾਂ ਵਾਲੀਆਂ ਹੀ ਗੱਲਾਂ ਕਰਨ। ਲੈ ਉਹ ਮੈਂ ਕੋਈ ਪਾਗਲ ਹੈ ਜਿਹੜਾ ਬਿਨਾਂ ਗੱਲ ਤੋਂ ਉਹਨੂੰ ਡਾਂਟਦਾ ਰਹਾਂਗਾ? ਉਹ ਪਹਿਲਾਂ ਦੀ ਗੱਲ ਹੋਰ ਸੀ, ਪਹਿਲਾਂ ਉਹ ਸਾਰਾ ਦਿਨ ਪਿੰਡ ਦੀ ਗਲੀਆਂ 'ਚ ਧੱਕੇ ਖਾਂਦੀ ਫਿਰਦੀ ਸੀ, ਲੋਕਾਂ ਦਾ ਇਲਾਜ ਦੇ ਨਾਮ 'ਤੇ ਫ੍ਰੀ 'ਚ ਇਲਾਜ ਕਰਦੀ ਸੀ। ਉਹ ਤਾਂ ਹੀ ਡਾਂਟਦਾ ਸੀ, ਨਾਲੇ ਹੁਣ ਉਹ ਪਰਾਏ ਘਰ ਚਲੀ ਗਈ ਹੈ, ਉਹ ਇੰਨੇ ਵੱਡੇ ਖਾਨਦਾਨ ਦੀ ਨੂੰਹ ਬਣ ਗਈ ਆ ਹੁਣ ਉਹ। ਲੈ ਸ਼ਾਰਦਾ, ਮੈਂ ਆਪਣੇ ਜਮਾਈ ਵਾਸਤੇ ਫਲ ਅਤੇ ਮਿਠਾਈ ਲੈ ਕੇ ਆਇਆ। ਡਾਕਟਰ ਹੈ, ਫਲ ਫੁੱਲ ਹੀ ਚੰਗੇ ਲੱਗਣਗੇ ਉਹਨੂੰ ਹੁਣ। ਤੇਰਾ ਲੱਖ ਲੱਖ ਸ਼ੁਕਰ ਹੈ ਮਾਂ ਕਾਲੀ ਕਿ ਸ਼ੁਭ ਦੇ ਪਾਪਾ ਬਦਲ ਗਏ ਨੇ। ਭਾਵੇਂ ਕਾਰਨ ਜੋ ਵੀ ਹੋਵੇ, ਬਸ ਹੁਣ ਸ਼ਿਵਿਕਾ ਨਾਲ ਮਾੜਾ ਵਿਹਾਰ ਨਾ ਕਰਨ। ਮਾੜੇ ਵਿਹਾਰ ਕਰਕੇ ਮੈਂ ਆਪਣੇ ਪੈਰ 'ਚ ਆਪ ਕੁਹਾੜੀ ਮਾਰਨੀ ਹੈ? ਕਰੋੜਪਤੀ ਜਮਾਈ ਜਦ ਪਿੰਡ 'ਚ ਪੈਰ ਰੱਖੂਗਾ, ਮੇਰੀ ਸਨੋਰ 'ਚ ਇੱਜ਼ਤ ਤਾਂ ਪੈਸੇ ਹੀ ਦੁੱਗਣੀ ਹੋ ਜਾਣੀ ਹੈ। ਸਾਰੇ ਕੰਮ ਹੋ ਗਏ ਪੁੱਤਰ ਬਾਹਰ ਦੇ? ਹਾਂਜੀ ਬਾਊ ਜੀ, ਸਾਰੇ ਕੰਮ ਕਰਕੇ ਆਏ। ਸ਼ਿਵਿਕਾ ਦੀਦੀ ਆਉਣਗੇ, ਸ਼ੁਭ ਲਈ ਗਿਫਟ ਲਿਆਉਣਗੇ। ਸ਼ੁਭ ਪੁੱਤਰ, ਉਹ ਤੇਰੇ ਜੀਜਾ ਜੀ ਵੀ ਆ ਰਹੇ ਆ, ਉਹਨਾਂ ਦੇ ਵੀ ਖੁਸ਼ੀ ਮਨਾ ਪੁੱਤਰ। ਚੱਲ ਸ਼ੁਭ ਆ ਜਾਂਦਾ, ਚਲੋ ਚਲੋ, ਸ਼ਾਬਾਸ਼। ਜਿੰਦਰ ਪੁੱਤਰ, ਧਿਆਨ ਰੱਖੀ ਆਪਣਾ। ਮੰਮਾ ਤੁਸੀਂ ਬਿਲਕੁਲ ਟੈਨਸ਼ਨ ਨਾ ਲਓ, ਇੱਕ ਦਿਨ ਦੀ ਤਾਂ ਗੱਲ ਹੈ, ਮੈਂ ਆ ਤਾਂ ਜਾਣਾ। ਜੀਦੇ ਰਹੋ ਬੇਟਾ ਜੀ। ਚਲੋ ਪਿੱਛੇ ਪਿੱਛੇ ਜਾ ਕੇ ਭਾਬੀ ਨਾਲ ਬੈਠੋ। ਹਾਂ ਸ਼ਾਨਵੀਰ ਜੀ, ਤੁਹਾਡਾ ਹੁਣੇ ਹੁਣੇ ਤਾਂ ਵਿਆਹ ਹੋਇਆ। ਪਿੰਡ ਪਹੁੰਚ ਕੇ ਜਦ ਦੋਨੋਂ ਇਕੱਠੇ ਗੱਡੀ 'ਚੋਂ ਉਤਰੋਂਗੇ ਤਾਂ ਪਿੰਡ ਵਾਲੇ ਵੇਖ ਕੇ ਕਹਿਣਗੇ ਨਾ ਕਿ ਸੱਜ ਵਿਆਹੀ ਜੋੜੀ ਫੇਰਾ ਪਾਉਣ ਆਈ ਹੈ। ਸਾਡੇ ਵੱਲੋਂ ਸਾਰਿਆਂ ਨੂੰ ਨਮਸਤੇ ਕਹਿਣਾ। ਆਓ ਚਲੋ ਅੰਦਰ ਸਾਰੇ, ਹੁਣ ਆ ਜਾਓ।
ਨਾ ਸਿਆਪਾ ਭਰਜਾਈ ਜੀ, ਦੇਖ ਲਓ ਤੁਹਾਡੀ ਨੂੰਹ ਰਾਣੀ ਕਿੱਦਾਂ ਤੁਹਾਡੇ ਦੋਵਾਂ ਬੱਚਿਆਂ ਨੂੰ ਆਪਣੇ ਵੱਸ 'ਚ ਕਰ ਰਹੀ ਹੈ। ਉਹ ਸੁਣਿਆ ਨਾ ਤੁਸੀਂ, ਨੋਟ ਬਣਾਇਆ ਤੇ ਗਿਆ, ਮੁੰਡਾ ਵਿਆਹਿਆ ਤੇ ਗਿਆ, ਇਸ਼ਾਨ ਤਾਂ ਪਹਿਲਾਂ ਹੀ ਤੁਹਾਡੇ ਹੱਥੋਂ ਨਿਕਲ ਗਿਆ ਸੀ, ਹੁਣ ਕਿਤੇ ਕਾਵਿਆ ਵੀ ਨਾ। ਤੁਸੀਂ ਸਮਝ ਰਹੇ ਹੋ ਨਾ ਭਰਜਾਈ ਜੀ? ਵੀ ਤੁਹਾਨੂੰ ਪਤਾ ਅੱਜ ਤੋਂ ਪਹਿਲਾਂ ਮੈਂ ਕਦੇ ਪਿੰਡ ਨਹੀਂ ਗਈ ਤੇ ਅੱਜ ਜਾ ਰਹੇ ਆ ਨਾ, ਤੇ ਇਹੀ ਸੋਚ ਕੇ ਮੈਨੂੰ ਬਹੁਤ ਐਕਸਾਈਟਮੈਂਟ ਹੋ ਰਹੀ ਹੈ। ਕੀ ਬ੍ਰੋ, ਹਰ ਸਮੇਂ ਫੋਨ ਤੇ ਲੱਗੇ ਰਹਿੰਦੇ ਹੋ, ਕਦੇ ਭਾਬੀ ਵੱਲ ਵੀ ਧਿਆਨ ਦੇ ਲਿਆ ਕਰੋ। ਕਾਵਿਆ ਮੇਰਾ ਫੋਨ ਦੇ। ਨੋ ਕਾਵਿਆ, ਹੈਲੋ। ਹੈਲੋ ਕਾਵਿਆ। ਹਾਂਜੀ ਮੰਮਾ। ਪਹੁੰਚ ਗਏ ਤੁਸੀਂ? ਮੰਮਾ ਤੁਸੀਂ ਬਿਲਕੁਲ ਟੈਨਸ਼ਨ ਨਾ ਲਓ, ਅਸੀਂ ਅਜੇ ਰਾਸਤੇ 'ਚ ਹੀ ਹਾਂ, ਪਹੁੰਚ ਕੇ ਸਭ ਤੋਂ ਪਹਿਲਾਂ ਤੁਹਾਨੂੰ ਫੋਨ ਕਰਾਂਗੀ ਮੈਂ। ਕਿਉਂ ਆ ਮੁਕੇਸ਼, ਐਦਾਂ ਅਚਾਨਕ ਬ੍ਰੇਕ ਕਿਉਂ ਮਾਰੀ? ਸਰ ਉਹ ਕਾਲੀ ਬਿੱਲੀ ਰਾਹ ਕੱਟ ਗਈ ਇਸ ਲਈ। ਸੋ ਵਟ, ਤੂੰ ਬ੍ਰੇਕ ਮਾਰ ਦੇਂਗਾ? ਹੈਲੋ ਮੰਮਾ, ਉਹ ਕੁਝ ਨਹੀਂ ਕੁਝ ਨਹੀਂ, ਉਹ ਨਾ ਅਚਾਨਕ ਕਾਰ ਅੱਗੇ ਬਿੱਲੀ ਆ ਗਈ ਸੀ। ਚਲੋ ਮੈਂ ਤੁਹਾਨੂੰ ਕਰਦੀ ਹਾਂ ਪਹੁੰਚ ਕੇ। ਸਰ ਉਹ ਬਿੱਲੀ ਦਾ ਰਾਹ ਕੱਟਣਾ ਨਾ ਬਦਸ਼ਗਨੀ ਮੰਨੀ ਜਾਂਦੀ ਆ ਇਸ ਲਈ। ਕਮ ਔਨ, ਇਹ ਸਭ ਅੰਧ ਵਿਸ਼ਵਾਸ ਹੈ, ਐਦਾਂ ਦਾ ਕੁਛ ਨਹੀਂ ਹੁੰਦਾ। ਤੁਸੀਂ ਗੱਡੀ ਡਰਾਈਵ ਕਰੋ। ਬਦਸ਼ਗਨੀ, ਸੋ ਮੈਂ ਸ਼ਿਵਿਕਾ ਨੂੰ ਇੱਕ ਚਾਂਸ ਦੇਣਾ ਚਾਹੁੰਦਾ। ਸ਼ਿਵਿਕਾ ਕਾਵਿਆ ਦੇ ਇਲਾਜ ਦੇ ਨਾਲ ਨਾਲ ਆਯੁਰਵੈਦਿਕ ਮੈਡੀਸਿਨ ਦੀ ਸਟੱਡੀ ਵੀ ਕਰੇਗੀ ਤੇ ਪ੍ਰੋਪਰ ਡਿਗਰੀ ਵੀ ਹਾਸਿਲ ਕਰੇਗੀ। ਆਖਿਰ ਉਸ ਕੁੜੀ ਨੇ ਇਸ਼ਾਨ ਤੇ ਅਜਿਹਾ ਕਿਹੜਾ ਮੰਤਰ ਫੂਕਿਆ ਹੈ ਜਿਹੜਾ ਇਸ਼ਾਨ ਅੱਖਾਂ ਮੀਟ ਕੇ ਉਸ ਕੁੜੀ ਦੇ ਮਗਰ ਤੁਰਿਆ ਜਾਂਦਾ ਹੈ? ਜਿਹੜਾ ਕੰਮ ਅਸੀਂ ਇੰਨੇ ਸਾਲਾਂ 'ਚ ਨਹੀਂ ਕਰ ਸਕੇ ਉਸ ਕੁੜੀ ਨੇ ਕੁਛ ਹੀ ਦਿਨਾਂ 'ਚ ਕਿੱਦਾਂ ਕਰ ਲਿਆ? ਤੇ ਵੇਰਾ ਮਾ, ਇਹ ਵੇਲਾ ਰਿਐਕਸ਼ਨ ਦਾ ਨਹੀਂ, ਐਕਸ਼ਨ ਦਾ। ਉਸ ਕੁੜੀ ਨੇ ਜੋ ਕਰਨਾ ਸੀ ਉਹ ਤਾਂ ਕਰ ਲਿੱਤਾ, ਹੁਣ ਅਸੀਂ ਅੱਗੇ ਕੀ ਕਰਨਾ? ਪਾਪਾ, ਅਸੀਂ ਉਹੀ ਕਰਾਂਗੇ ਜੋ ਹੁਣ ਤੱਕ ਕਰਦੇ ਆਏ ਹਾਂ। ਜੇ ਇਸ਼ਾਨ ਹੁਣ ਤੱਕ ਕਾਵਿਆ ਨੂੰ ਠੀਕ ਨਹੀਂ ਕਰ ਸਕਿਆ ਨਾ, ਤਾਂ ਸ਼ਿਵਿਕਾ ਦੇ ਦਾਦਾ ਜੀ ਵੀ ਨਹੀਂ ਠੀਕ ਕਰ ਸਕਣਗੇ। ਫਰਕ ਸਿਰਫ ਇੰਨਾ ਹੈ ਕਿ ਪਹਿਲੇ ਅਸੀਂ ਐਲੋਪੈਥਿਕ ਮੈਡੀਸਿਨਸ ਬਦਲਦੇ ਸੀ,
ਹੁਣ ਆਯੁਰਵੈਦਿਕ ਬਦਲਾਂਗੇ। ਤੇ ਰਹੀ ਗੱਲ ਕਿੱਦਾਂ, ਉਹ ਵੀ ਸੋਚ ਲਾਂਗੇ, ਪਰ ਮੈਂ ਇਸ ਕੁੜੀ ਨੂੰ ਕਿਸੇ ਵੀ ਕੀਮਤ 'ਤੇ ਕਾਮਯਾਬ ਨਹੀਂ ਹੋਣ ਦਾਂਗੀ।